3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਹੋਏ ਟ੍ਰਿਪਲ ਮਰਡਰ ਕਾਂਡ ਦੀ ਜਿਹੜੀ ਵੀਡੀਓ ਹੈ ਹੁਣ ਸਾਹਮਣੇ ਨਿਕਲ ਕੇ ਆ ਚੁੱਕੀ ਹੈ ਔਰ ਤੁਹਾਨੂੰ ਤਸਵੀਰਾਂ ਦੇ ਰਾਹੀਂ ਨਾਲ ਨਾਲ ਸਮਝਾਵਾਂਗੇ। ਇਹ ਉਹ ਜਗ੍ਹਾ ਹੈ ਜਿੱਥੇ ਉਹ ਕਾਰ ਆ ਰਹੀ ਸੀ, ਵਰਨਾ ਕਾਰ, ਜਿਸ ਦੇ ਵਿੱਚ ਤਿੰਨੋਂ ਜਿਹੜੇ ਪਰਿਵਾਰਕ ਮੈਂਬਰ ਸੀਗੇ, ਚਚੇਰੇ ਭੈਣ ਭਰਾ ਸੀਗੇ, ਉਹ ਆਪਣੇ ਘਰੋਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮਾਤਮ ਛਾਇਆ ਹੋਇਆ, ਚਿੱਟੀ ਪਰਦਾ ਲੱਗਾ ਹੋਇਆ, ਉਸ ਘਰ ਦੇ ਵਿੱਚ ਇਹ ਰਹਿੰਦੇ ਸੀਗੇ ਪਰਿਵਾਰਕ ਮੈਂਬਰ ਔਰ ਉੱਥੋਂ ਚੱਲੇ ਨੇ ਔਰ ਇੱਥੋਂ ਚੱਲ ਕੇ ਨਾਲ ਹੀ ਬਿਲਕੁਲ ਨਾਲ ਹੀ ਉੱਥੇ ਗੁਰਦੁਆਰਾ ਸਾਹਿਬ ਹੈ ਜਿੱਥੇ ਉਹਨਾਂ ਦੀ ਮਾਤਾ ਨੇ ਮੱਥਾ ਟੇਕਣਾ ਸੀ ਔਰ ਮੱਥਾ ਟੇਕਣ ਤੋਂ ਬਾਅਦ ਜਿਹੜੇ 5 ਸਵਾਰ ਸੀ ਕਾਰ ਦੇ ਵਿੱਚ ਸਵਾਰ ਸੀਗੇ ਉਹਨਾਂ ਨੇ ਆਪਣੀ ਮਾਤਾ ਨੂੰ ਲੈਣਾ ਸੀ ਔਰ ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਕਰਨ ਨੂੰ ਲੈ ਕੇ ਜਾਣਾ ਸੀਗਾ ਔਰ ਇਸ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉਹ ਘਰ ਹੈ, ਸਮਝਾਉਣਾ ਚਾਹਾਂਗੇ ਉਹ ਘਰ ਹੈ, ਉਸ ਘਰ ਤੋਂ ਚੱਲਦੇ ਹੈ ਔਰ ਘਰ ਤੋਂ ਚੱਲ ਕੇ ਇੱਥੋਂ ਗੁਰਦੁਆਰਾ ਸਾਹਿਬ ਆ ਬਿਲਕੁਲ ਜਿਹੜੀ ਆ ਦੀਵਾਰ ਹੈ ਸਫੇਦ ਰੰਗ ਦੀ, ਇੱਥੇ ਗੁਰਦੁਆਰਾ ਸਾਹਿਬ ਹੈ, ਇੱਥੋਂ ਮਾਤਾ ਨੇ ਲੈਣਾ ਸੀ ਔਰ ਇਸ ਤੋਂ ਬਾਅਦ ਆ ਬਿਲਕੁਲ ਸੜਕ ਜਿਹੜੀ ਹੈ ਇੱਥੋਂ ਹੀ ਨਿਕਲਦੀ ਹੋਈ ਬਿਲਕੁਲ ਰੋਡ ਦੇ ਉੱਪਰ ਜੁਆਇਨ ਕਰਦੀ ਹੈ, ਇੱਥੋਂ ਬਾਹਰ ਨਿਕਲਣਾ ਸੀ ਇਸ ਕਾਰ ਦੇ ਔਰ ਕਿਸ ਤਰ੍ਹਾਂ ਹਮਲਾਵਾਰਾਂ ਨੇ ਪੂਰੀ ਰੇਕੀ ਕੀਤੀ ਔਰ ਕਿਸ ਤਰ੍ਹਾਂ ਹਮਲਾ ਕੀਤਾ ਇਹ ਤੁਹਾਨੂੰ ਸਮਝਾਉਣਾ ਚਾਹਾਂਗੇ। ਸਭ ਤੋਂ ਪਹਿਲਾਂ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ CCTV ਸਾਹਮਣੇ ਆਈ ਹੈ, ਸਭ ਤੋਂ ਪਹਿਲਾਂ ਜਿਹੜੇ ਹਮਲਾਵਾਰ ਹੈ, ਜਿਹੜੇ ਲਾਲ ਟੀ-ਸ਼ਰਟ ਦੇ ਵਿੱਚ ਹਮਲਾਵਾਰ ਵਿਖ ਰਿਹਾ ਔਰ ਕਾਲੀ ਟੀ-ਸ਼ਰਟ ਵਾਲਾ ਹਮਲਾਵਾਰ ਹੈ, ਉਹ ਇਸ ਜਗ੍ਹਾ ਦੇ ਉੱਪਰ ਖੜ੍ਹੇ ਹੋਏ ਸੀ ਔਰ ਬਿਲਕੁਲ ਰੇਕੀ ਕਰ ਰਹੇ ਸੀ ਕਿਉਂਕਿ ਉਹ ਕਾਰ ਸਾਹਮਣੇ ਆ ਰਹੀ ਸੀ ਔਰ ਇੱਥੇ ਜਗ੍ਹਾ 'ਤੇ ਰੇਕੀ ਕੀਤੀ ਜਾ ਰਹੀ ਸੀ। ਕੁਛ ਬੰਦੇ ਜਿਹੜੇ ਹੈ ਗੁਰਦੁਆਰੇ ਤੋਂ ਪਾਰ ਸੜਕ ਉਸ ਪਾਰ ਖੜ੍ਹੇ ਸੀ, ਜਿਹੜੇ ਲਾਲ ਟੀ-ਸ਼ਰਟ ਦੇ ਵਿੱਚ ਖੜ੍ਹਾ ਸੀ ਔਰ ਕਾਲੇ ਟੀ-ਸ਼ਰਟ ਦੇ ਵਿੱਚ ਖੜ੍ਹਾ ਸੀ, ਉਹਨਾਂ ਦੇ ਹੱਥ ਦੇ ਵਿੱਚ ਜਿਹੜੇ ਰਿਵਾਲਵਰ ਔਰ ਪਿਸਟਲ ਸੀਗੇ ਔਰ ਜਿਹੜੇ ਦੱਸੇ ਜਾ ਰਹੇ ਹੈ ਕਿ ਚਾਈਨਾਜ਼ ਮੇਡ ਜਾਂ ਦੂਜੇ ਬਾਹਰਲੇ ਦੇਸ਼ਾਂ ਤੋਂ ਵਿਦੇਸ਼ਾਂ ਦੇ ਬਣੇ ਹੋਏ ਰਿਵਾਲਵਰ ਸੀਗੇ ਔਰ ਜਦੋਂ ਗੱਡੀ ਦੇ ਵਿੱਚੋਂ ਚੱਲ ਕੇ ਆਉਂਦਾ ਤਾਂ ਉਸ ਗੱਡੀ ਨੂੰ ਜਿਹੜਾ ਆਕਾਸ਼ਦੀਪ ਜਿਹੜਾ ਗੱਡੀ ਚਲਾ ਰਿਹਾ ਹੁੰਦਾ ਔਰ ਉਸਦੇ ਨਾਲ ਬੈਠਾ ਦਿਲਦੀਪ ਜਿਹੜਾ ਖੱਬੇ ਹੱਥ ਹੁੰਦਾ ਉਹ ਨਾਲ ਬੈਠਾ ਔਰ ਉਸਦੇ ਪਿੱਛੇ ਬਿਲਕੁਲ ਜਸਪ੍ਰੀਤ ਕੌਰ ਜਿਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ ਉਹ ਉਸਦੇ ਪਿੱਛੇ ਬੈਠੀ ਹੋਈ ਸੀ ਅਤੇ ਜਦੋਂ ਉਹ ਘਰੋਂ ਨਿਕਲਦੇ ਹੈ ਬਿਲਕੁਲ ਉਸ ਗਲੀ ਤੋਂ ਨਿਕਲਦੇ ਹੈ ਅਤੇ ਪਹਿਲੇ ਹਮਲਾਵਾਰ ਜਿਹੜੇ ਹੈ ਜਿੱਥੇ ਇਹ ਪੁਲਿਸ ਦੇ ਬੈਰੀਗੇਟ ਪਏ ਹੈ ਇਸ ਜਗ੍ਹਾ 'ਤੇ ਹਮਲਾਵਾਰ ਬਿਲਕੁਲ ਇਸ ਜਗ੍ਹਾ 'ਤੇ ਹਮਲਾਵਾਰ ਖੜ੍ਹੇ ਸੀ ਔਰ ਉਹਨਾਂ ਨੇ ਅੰਧਾਧੁੰਦ ਜਿਹੜੀਆਂ ਤਾਬੜ ਤੋੜ ਫਾਇਰਿੰਗ ਇੱਥੋਂ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਤਸਵੀਰਾਂ ਸਮਝ ਸਕਦੇ ਹੋ, ਇੱਧਰੋਂ ਕਾਰ ਆਈ ਔਰ ਕਾਸ਼ਦੀਪ ਕਾਰ ਚਲਾ ਰਿਹਾ, ਦਿਲਪ੍ਰੀਤ ਜਿਹੜਾ ਦਿਲਦੀਪ ਸਿੰਘ ਹੈ ਉਹ ਕਾਰ ਦੇ ਨਾਲ ਡਰਾਈਵਰ ਦੇ ਨਾਲ ਬੈਠਾ ਕੰਡਕਟਰ ਸਾਈਡ 'ਤੇ ਔਰ ਉਸਦੇ ਬਿਲਕੁਲ ਹੀ ਪਿੱਛੇ ਉਸਦੀ ਭੈਣ ਜਿਸਦਾ 1 ਮਹੀਨੇ ਬਾਅਦ ਵਿਆਹ ਸੀ ਜਸਪ੍ਰੀਤ ਕੌਰ ਪਿੱਛੇ ਬੈਠੀ ਸੀ ਔਰ ਉਸਦੇ ਨਾਲ ਹੀ ਉਸਦੇ 2 ਚਚੇਰੇ ਭਰਾ ਜਿਹੜੇ ਸੀ ਉਹ ਵੀ ਬੈਠੇ ਹੋਏ ਸੀ ਔਰ ਬਿਲਕੁਲ ਜਦੋਂ ਕਾਰ ਆਉਂਦੀ ਹੈ ਉਹ ਇੱਥੋਂ ਮੋੜ ਹੋਣ ਕਾਰਨ ਇੱਥੇ ਜਿਹੜੀ ਹੈ ਸਲੋਅ ਹੋ ਜਾਂਦੀ ਹੈ ਅਤੇ ਬਿਲਕੁਲ ਹਮਲਾਵਾਰ ਜਿਹੜੇ ਹੈ ਇਸ ਜਗ੍ਹਾ ਤੋਂ ਖੜ੍ਹ ਕੇ ਉਹਨਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੰਦੇ ਹੈ। ਸਭ ਤੋਂ ਪਹਿਲਾਂ ਜਿਹੜੀ ਗੋਲੀ ਹੈ ਉਹ ਦਿਲਦੀਪ ਸਿੰਘ ਨੂੰ ਲੱਗਦੀ ਹੈ ਜਿਨ੍ਹਾਂ ਦੇ ਨਾਲ ਹਮਲਾਵਾਰਾਂ ਦਾ ਝਗੜਾ ਸੀ ਦੱਸਿਆ ਜਾ ਰਿਹਾ ਔਰ ਉਸ ਤੋਂ ਬਾਅਦ ਜਿਹੜੀ ਹੈ ਆਕਾਸ਼ਦੀਪ ਨੂੰ ਗੋਲੀ ਸਾਹਮਣੇ ਉਹ ਮਾਰਦੇ ਨੇ ਕਿਉਂਕਿ ਇਸ ਤਰਫ ਜਿਹੜਾ ਹੈ ਇਸ ਪਾਸੇ ਜਿਹੜਾ ਹੈ ਜਿਹੜੇ ਸਾਹਮਣੇ ਹਮਲਾਵਾਰ ਖੜ੍ਹੇ ਸੀ ਬਾਕੀ 2 ਇੱਥੇ ਖੜ੍ਹੇ ਸੀ ਟੋਟਲ 6 ਹਮਲਾਵਾਰ ਸੀ। ਇਸ ਤਰ੍ਹਾਂ ਉਹ ਸਾਹਮਣੇ ਗੋਲੀ ਚਲਾਉਂਦੇ ਹੈ, ਇੱਧਰ ਵਾਲੇ ਖੱਬੇ ਪਾਸਿਓਂ ਗੋਲੀ ਚਲਾਉਂਦੇ ਹੈ ਔਰ ਪਿੱਛੇ ਬੈਠੀ ਜਸਪ੍ਰੀਤ ਨੂੰ ਗੋਲੀ ਲੱਗਦੀ ਹੈ ਸਭ ਤੋਂ ਪਹਿਲਾਂ, ਫਿਰ ਉਸ ਤੋਂ ਬਾਅਦ ਦਿਲਦੀਪ ਨੂੰ ਗੋਲੀ ਲੱਗਦੀ ਹੈ, ਡਰਾਈਵਰ ਆਕਾਸ਼ਦੀਪ ਨੂੰ ਗੋਲੀ ਲੱਗਦੀ ਹੈ ਅਤੇ ਤਿੰਨਾਂ ਦੀ ਜਿਹੜੀ ਹੈ ਹੁਣ ਮੌਤ ਹੋ ਚੁੱਕੀ ਹੈ। ਪਰ ਜਿਹੜੇ ਕਾਰ ਦੇ ਇਸ ਪਾਸੇ ਬੈਠੇ ਸੀ ਸੱਜੇ ਪਾਸੇ ਉਹ ਜਿਹੜਾ ਲਵਪ੍ਰੀਤ ਹੈ ਅਤੇ ਜੰਟੀ ਹੈ ਉਹ ਇੱਧਰਲੇ ਪਾਸੇ ਬੈਠੇ ਹੋਣ ਕਰਕੇ ਹਮਲਾਵਾਰ ਇਸ ਸਾਈਡ 'ਤੇ ਸੀਗੇ ਔਰ ਜੰਟੀ ਅਤੇ ਲਵਪ੍ਰੀਤ ਵਿਚਕਾਰ ਬੈਠੇ ਸੀ ਜੋ ਜਸਪ੍ਰੀਤ ਦਾ ਭਰਾ ਸੀ ਲਵਪ੍ਰੀਤ, ਉਹਨਾਂ ਨੂੰ ਜਿਹੜੀ ਹੈ ਗੋਲੀ ਘੱਟ ਹੀ ਲੱਗਦੀ ਹੈ, ਘੱਟ ਲੱਗਦੀਆਂ ਨੇ, ਬਾਕੀਆਂ ਨੂੰ ਜਿਹੜੀਆਂ ਗੋਲੀਆਂ ਬਹੁਤ ਲੱਗਦੀਆਂ ਨੇ। ਔਰ ਜਿਹੜੀ ਹੁਣ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਉਸ ਦੇ ਵਿੱਚ ਸਾਫ਼ ਦੱਸਿਆ ਗਿਆ ਕਿ 50 ਤੋਂ ਉੱਤੋਂ ਗੋਲੀਆਂ ਜਿਹੜੀਆਂ ਨੇ ਜਿਹੜੇ ਘਾਇਲ ਨੇ ਔਰ ਜਸਪ੍ਰੀਤ ਨੂੰ ਔਰ
ਆਕਾਸ਼ਦੀਪ ਨੂੰ ਅਤੇ ਉਸਦੇ ਨਾਲ ਜਿਹੜਾ ਦਿਲਦੀਪ ਬੇਟਾ ਉਹਨਾਂ ਨੂੰ 50 ਦੇ ਕਰੀਬ ਜਿਹੜੀਆਂ ਗੋਲੀਆਂ ਵੱਜੀਆਂ ਔਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਇਹ ਖੁਲਾਸੇ ਤੋਂ ਬਾਅਦ ਸਾਹਮਣੇ ਆਇਆ ਕਿ 50 ਗੋਲੀਆਂ ਉਹਨਾਂ ਨੂੰ ਲੱਗੀਆਂ ਸੀ ਔਰ ਉਸ ਤੋਂ ਬਾਅਦ ਜਦੋਂ ਹਮਲਾਵਰ ਹੈ ਉਹ ਇਸ ਜਗ੍ਹਾ 'ਤੇ ਫਾਇਰਿੰਗ ਕਰਨ ਤੋਂ ਬਾਅਦ ਇਕੱਠੇ ਹੁੰਦੇ ਹੈ ਔਰ ਤੁਸੀਂ ਤਸਵੀਰਾਂ 'ਚ ਦੇਖਿਆ ਹੋਣਾ ਕਿ ਇੱਕ ਮਾਤਾ ਭੱਜ ਕੇ ਰੋਂਦੀ ਕਰਲਾਉਂਦੀ ਇੱਥੇ ਆਉਂਦੀ ਹੈ ਔਰ ਭੱਜ ਕੇ ਕਾਰ ਦੇ ਕੋਲ ਜਾਂਦੀ ਹੈ। ਕਾਰ ਜਿਹੜੀ ਹੈ ਖੱਬੇ ਪਾਸੇ ਹੋਣ ਕਰਕੇ ਜਿਹੜੇ ਸੱਜੇ ਪਾਸੇ ਹੋਣ ਕਰਕੇ ਜਿਹੜੇ ਲਵਪ੍ਰੀਤ ਹੈ ਜਿਹੜਾ ਵਿਚਕਾਰ ਜਸਪ੍ਰੀਤ ਕੌਰ ਦੇ ਨਾਲ ਬੈਠਾ ਸੀ ਔਰ ਜੰਟੀ ਜਿਹੜਾ ਸੀ ਉਹਨਾਂ ਦੀ ਕਾਰ ਇੱਥੇ ਜਿਹੜਾ ਲੱਗ ਜਾਂਦੀ ਹੈ। ਹਮਲਾਵਰ ਗੋਲੀਆਂ ਚਲਾਉਂਦੇ ਰਹਿੰਦੇ ਹੈ ਇੱਥੇ ਖੜ੍ਹ ਕੇ ਜਿਹੜਾ ਗੋਲੀਆਂ ਚਲਾਉਂਦੇ ਰਹਿੰਦੇ ਹੈ ਔਰ 50 ਦੇ ਉੱਤੋਂ ਰਾਊਂਡ ਕਰਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਹੈ ਸਾਰੇ ਹਮਲਾਵਰ ਗੁਰਦੁਆਰਾ ਸਾਹਿਬ ਦੇ ਇੱਥੋਂ ਭੱਜ ਕੇ ਇੱਥੋਂ ਨਿਕਲਦੇ ਹੈ ਔਰ ਇਸ ਜਗ੍ਹਾ 'ਤੇ ਇਕੱਠੇ ਹੋ ਜਾਂਦੇ ਹੈ। ਜਦੋਂ ਦੇਖਦੇ ਹੈ ਕਿ ਲੋਕਾਂ ਦੀ ਕਾਫੀ ਭੀੜ ਇਕੱਠੀ ਹੋ ਜਾਂਦੀ ਹੈ ਅਤੇ ਭੀੜ ਤੋਂ ਬਾਅਦ ਉਹ ਲੋਕ ਇੱਥੋਂ ਫਾਇਰਿੰਗ ਕਰਦੇ ਹੋਏ ਬਿਲਕੁਲ ਇਸ ਜਗ੍ਹਾ ਤੋਂ ਨਿਕਲਦੇ ਹੋਏ ਅੱਗੇ ਨਿਕਲ ਜਾਂਦੇ ਨੇ। ਬੇਖੌਫ ਇਹ ਹਮਲਾਵਰ ਸੀਗੇ ਕਿਉਂਕਿ ਉਹਨਾਂ ਨੂੰ ਸਾਰਾ ਰੇਕੀ ਪਹਿਲਾਂ ਉਹਨਾਂ ਨੇ ਕੀਤੀ ਕਿ ਕਿਸ ਤਰ੍ਹਾਂ ਦਿਲਦੀਪ ਜਿਹੜਾ ਆ ਰਿਹਾ ਉਸਦੇ ਨਾਲ ਉਸਦਾ ਪਰਿਵਾਰ ਹੈ, ਭਰਾ ਹੈ, ਉਹਨਾਂ ਨੂੰ ਸਾਰੀ ਇੱਕ ਇੱਕ ਗੱਲ ਦੀ ਜਿਹੜੀ ਹੈ ਜਾਣਕਾਰੀ ਸੀ ਔਰ ਮੈਗਜ਼ੀਨ ਬਦਲ ਬਦਲ ਕੇ ਇਸ ਜਗ੍ਹਾ 'ਤੇ ਹਮਲਾਵਰ ਜਿਹੜਾ ਉਹ ਮੈਗਜ਼ੀਨ ਬਦਲ ਬਦਲ ਕੇ ਜਿੱਥੇ ਆ ਬੈਰੀਗੇਡ ਪਏ ਆ ਪੁਲਿਸ ਦੇ ਉਸ ਜਗ੍ਹਾ 'ਤੇ ਸਭ ਤੋਂ ਪਹਿਲਾਂ ਫਾਇਰਿੰਗ ਇੱਥੋਂ ਸ਼ੁਰੂ ਹੋਈ ਔਰ ਹਮਲਾਵਰਾਂ ਨੇ ਇੱਥੇ ਫਾਇਰਿੰਗ ਸ਼ੁਰੂ ਕੀਤੀ ਕਰਨ ਤੋਂ ਬਾਅਦ ਜਦੋਂ ਦਿਲਦੀਪ ਨੂੰ ਗੋਲੀ ਲੱਗ ਜਾਂਦੀ ਹੈ, ਆਕਾਸ਼ਦੀਪ ਨੂੰ ਗੋਲੀ ਲੱਗ ਜਾਂਦੀ ਹੈ ਅਤੇ ਉਸਦੇ ਪਿੱਛੇ ਜਿਹੜੀ ਬੈਠੀ ਜਸਪ੍ਰੀਤ ਕੌਰ ਉਹਨਾਂ ਦੀ ਭੈਣ ਸੀ ਜਿਸਦਾ ਮਹਿਜ ਕੁਛ ਹੀ ਦਿਨਾਂ ਬਾਅਦ ਇੱਕ ਮਹੀਨੇ ਦੇ ਕਰੀਬ ਸਮਾਂ ਰਹਿ ਗਿਆ ਸੀ ਔਰ ਤਿਆਰੀਆਂ ਸ਼ੁਰੂ ਕਰਨ ਜਾ ਰਹੇ ਸੀ, ਵਿਆਹ ਦੀਆਂ ਤਿਆਰੀਆਂ ਸੀ, ਖੁਸ਼ੀਆਂ ਦਾ ਘਰ ਸੀ ਜਿੱਥੇ ਹੁਣ ਮਾਤਮ ਫੈਲਿਆ ਹੈ ਕਿਉਂਕਿ ਇੱਕ ਹੀ ਪਰਿਵਾਰ ਦੇ ਜਿਹੜੇ ਪਰਿਵਾਰ ਨੇ ਚਾਚੇ ਤਾਇਆਂ ਦੇ ਨੇ ਉਹਨਾਂ 'ਚੋਂ 3 ਜਣਿਆਂ ਦੀ ਮੌਤ ਹੋ ਜਾਣੀ, 9 ਮੌਤਾਂ ਹੋ ਜਾਣੀਆਂ ਅਤੇ ਨਾਲ ਹੀ 2 ਜਿਹੜੇ ਹੈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹੈ ਉਹ ਉਸ ਜਗ੍ਹਾ 'ਤੇ ਹੁਣ DMC ਹਸਪਤਾਲ ਦੇ ਵਿੱਚ ਨੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਆਹ ਗਲੀ ਦੇ ਵਿੱਚੋਂ ਕਾਰ ਚੱਲ ਕੇ ਆਉਂਦੀ ਹੈ ਕਿਉਂਕਿ ਉਹ ਘਰ ਸਾਹਮਣੇ ਦਿਲਦੀਪ ਦਾ, ਦਿਲਦੀਪ ਜਿਹੜਾ ਉਸ ਘਰ ਤੋਂ ਨਿਕਲਦੇ ਨੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਉਂਦੇ ਨਿਕਲਦੇ ਨੇ ਔਰ ਇੱਥੋਂ ਨਿਕਲ ਕੇ ਬਾਹਰ ਨੂੰ ਜਾਣਾ ਹੁੰਦਾ ਅਤੇ ਜਿਹੜੀ CCTV ਫੁਟੇਜ ਹੈ ਉਹ ਵੀ ਕਿਤੇ ਨਾ ਕਿਤੇ ਆਹ ਜਿਹੜੇ ਕੈਮਰੇ ਲੱਗੇ ਹੋਏ ਹੈ ਇੱਥੋਂ ਇਸ ਤੋਂ ਬਣੀ ਹੋਈ CCTV ਫੁਟੇਜ ਹੈ ਜਿਹੜੀ ਜ਼ਾਹਰ ਕਰਦੀ ਹੈ ਤਸਵੀਰਾਂ ਨੂੰ ਕਿ ਫਿਰੋਜ਼ਪੁਰ ਦੇ ਵਿੱਚ ਜਿਹੜੇ ਹਮਲਾਵਰ ਨੇ ਬੇਖੌਫ ਨੇ ਔਰ ਉਹਨਾਂ ਨੇ ਕਿਸ ਤਰ੍ਹਾਂ ਨੇ ਪੂਰੀ ਤਰ੍ਹਾਂ ਰੇਕੀ ਕੀਤੀ। ਰੇਕੀ ਕਰਨ ਤੋਂ ਬਾਅਦ ਵਿਦੇਸ਼ੀ ਹਥਿਆਰਾਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਔਰ ਇਸ ਹਮਲੇ ਦੇ ਵਿੱਚ 3 ਸਗੇ ਭੈਣ ਭਰਾਵਾਂ ਦੀ, ਚਚੇਰੇ ਭੈਣ ਭਰਾਵਾਂ ਦੀ ਜਿਹੜੀ ਜਾਨ ਚਲੀ ਜਾਂਦੀ ਹੈ ਔਰ 2 ਭੈਣ ਭਰਾ ਜਿਹੜੇ ਹੁਣ ਵੀ ਜਿਹੜੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ 2 ਭਰਾ ਲੁਧਿਆਣਾ ਹਸਪਤਾਲ ਦੇ ਵਿੱਚ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਖਬਰ ਸੀ ਔਰ CCTV ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਸਹਿਮ ਦਾ ਮਾਹੌਲ ਹੈ ਲੋਕਾਂ 'ਚ ਕਿ ਕਿਸ ਤਰ੍ਹਾਂ ਇਹ ਹਮਲਾਵਰ ਬੇਖੌਫ ਹੋਏ ਹੋਏ ਨੇ ਔਰ ਦੂਜੇ ਪਾਸੇ ਜੇ ਪੁਲਿਸ ਦੀ ਗੱਲ ਕਰੀਏ ਤਾਂ ਅੱਜ 3 ਦਿਨ ਦਾ ਸਮਾਂ ਬੀਤ ਗਿਆ, 72 ਘੰਟੇ ਜਿਹੜੇ ਹੈ ਬੀਤ ਚੁੱਕੇ ਹੈ ਪਰ ਹਜੇ ਤੱਕ ਪੁਲਿਸ ਦੇ ਹੱਥ ਖਾਲੀ ਹੈ ਔਰ ਕੋਈ ਵੀ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਗਿਆ। ਹਾਲਾਂਕਿ ਜਿਹੜਾ ਪੁਲਿਸ ਨੇ ਹੈ 8 ਲੋਕਾਂ ਦੇ ਬਾਏ ਨੇਮ ਨਾਮਜ਼ਦ ਕੀਤਾ ਗਿਆ, ਉਹਨਾਂ ਨੂੰ ਪਰਚਾ ਦਰਜ ਕੀਤਾ ਔਰ 3 ਲੋਕ ਜਿਹੜੇ ਹੈ ਉਹ ਨਾਮਲੂਮ ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਔਰ ਇਸ 'ਤੇ ਵੱਡੀ ਗੱਲ ਇਹ ਹੈ ਕਿ ਹੁਣ ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਇੱਕ ਜਿਹੜਾ ਸਪਲਾਈ ਕਰਨ ਵਾਲਾ ਇਹਨਾਂ ਨੂੰ ਹਥਿਆਰ ਬਦਮਾਸ਼ਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਇੱਕ ਬਦਮਾਸ਼ ਜਿਹੜਾ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਉਹਨਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਉੱਥੇ ਕੁਛ ਹੋਰ ਹਮਲਾਵਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਰਾਊਂਡ ਅਪ ਕੀਤਾ ਗਿਆ, ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਹਜੇ ਜਿਹੜੇ ਇਹ ਸੂਤਰਾਂ ਤੋਂ ਹਵਾਲੇ ਖਬਰ ਹੈ ਪਰ ਪੁਲਿਸ ਵੱਲੋਂ ਕੋਈ ਵੀ ਅਜੇ ਕਿਸੇ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਔਰ
ਪੁਲਿਸ ਨੇ ਹਾਲਾਂਕਿ ਮਾਮਲਾ ਦਰਜ ਕਰ ਲਿੱਤਾ ਔਰ ਪਹਿਚਾਣ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸੀ ਔਰ ਸਭ ਤੋਂ ਵੱਡੀ ਜਿਹੜੀ ਪਹਿਚਾਣ ਕਰਤਾ ਸੀ ਉਹਨਾਂ ਦੀ ਮਾਤਾ ਸੀ ਕਿਉਂਕਿ ਉਹਨਾਂ ਨੇ ਹਮਲਾਵਰਾਂ ਨੂੰ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਔਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜੇ ਚੀਕਦੇ ਚਿਹਾੜਦੇ ਗੁਰਦੁਆਰੇ ਸੀਗੇ ਔਰ ਭੱਜਦੇ ਬਾਹਰ ਆਉਂਦੇ ਹੈ ਔਰ ਹਮਲਾਵਰਾਂ ਨੂੰ ਵੇਖਦੇ ਹੈ ਕਿ ਕਿਸ ਤਰ੍ਹਾਂ ਤਾਬੜ ਤੋੜ ਉਸਦੇ ਪਰਿਵਾਰ ਦੇ ਉੱਪਰ ਗੋਲੀਆਂ ਚਲਾ ਰਹੇ ਹੈ ਪਰ ਹਜੇ ਤੱਕ ਜਿਹੜਾ ਉਹਨਾਂ ਵੱਲੋਂ ਜਿਹੜਾ ਬਿਆਨ ਦਿੱਤੇ ਗਏ ਕਿ ਕਿਸ ਤਰ੍ਹਾਂ ਹਮਲਾ ਹੋਇਆ ਸਾਰਾ ਬਿਆਨ ਦਿੱਤਾ ਗਿਆ ਪੁਲਿਸ ਨੇ ਮਾਮਲਾ ਦਰਜ ਕਰ ਲਿੱਤਾ ਪਰ ਹਜੇ ਤੱਕ ਪੁਲਿਸ ਦੇ ਹੱਥ ਕੋਈ ਵੀ ਬਦਮਾਸ਼ ਜਿਹੜਾ ਹਮਲਾਵਰ ਨਹੀਂ ਲੱਗਿਆ ਫਿਰੋਜ਼ਪੁਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਲੋਕ ਚਾਹੁੰਦੇ ਆ ਕਿ ਜਲਦ ਪੀੜਿਤ ਪਰਿਵਾਰ ਨੂੰ ਇਨਸਾਫ ਮਿਲੇ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਮਨਦੀਪ ਕੁਮਾਰ ਨਿਊਜ਼ 18 ਪੰਜਾਬ